ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗਰੁੱਪ ਤੋਂ। ਕੋਈ ਚੰਗੇ ਮਾੜੇ ਦਾ ਤੁੱਕੇ ਨਹੀਂ ਰਹਿ ਗਿਆ, ਠੀਕ ਹੈ, ਜੋ ਮੂਹਰੇ ਆਉਂਦਾ ਬਸ ਆਈ ਜਾਂਦਾ। ਮੈਂ ਇਹ ਆਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ, ਲੋਕ ਅੱਜ ਕੱਲ ਬਹੁਤ ਇਹ ਸੋਸ਼ਲ ਮੀਡੀਆ ਤੇ ਮੁੱਦਾ ਪਖਿਆ ਹੋਇਆ ਕਿ ਸਿੱਧੂ ਮੂਸੇ ਵਾਲਾ ਪੰਥਕ ਸੋਚ ਦਾ ਮਾਲਕ ਸੀ, ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ, ਪਰ ਉਹਦਾ ਬਾਪੂ ਉਹਦੀ ਸੋਚ ਤੋਂ ਅਲੱਗ ਤੁਰਨ ਲੱਗ ਗਿਆ ਤੇ ਮਿਸਗਾਈਡ ਕਰ ਰਿਹਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ, ਤੇ ਕਾਂਗਰਸ ਦੀ ਸਿੱਖਾਂ ਦੀ ਖੂਨ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ। ਇੱਥੇ ਉਹ ਕੁਛ ਵੀ ਗਲਤ ਨਹੀਂ ਕਰ ਰਿਹਾ, ਆਪਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪਦੇ ਮੁੰਡੇ ਦੀ ਸੋਚ ਤੋਂ ਉਲਟ ਜਾ ਕੇ ਉਹ ਗਲਤ ਕਰ ਰਿਹਾ। ਜੋ ਉਹਦੇ ਮੁੰਡੇ ਦੀ ਸੋਚ ਸੀ ਸਿੱਧੂ ਦੀ, ਉਹੀ ਇਹਦੇ ਪਿਓ ਦੀ ਸੋਚ ਹੈ। ਜਿਹੜੇ ਬੰਦੇ ਨੇ ਆਪਦੇ ਮੂੰਹ ਹੀ ਕਹਿਤਾ ਹੈ ਵੀ ਜਿੱਦਣ ਦੀ ਵੋਟ ਬਣੀ ਆ ਉਦੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨਹੀਂ ਕਾਂਗਰਸ ਤੋਂ ਇਲਾਵਾ, ਉਹ ਚਿਰ ਚ 84 ਵੀ ਆ ਗਈ, ਬਾਕੀ ਵੀ ਸਾਰੇ ਦੌਰ ਲੰਘ ਗਏ, ਪਰ ਇਹ ਪਰਿਵਾਰ ਨੇ ਉਹਦਾ ਪਿਓ ਆਪ ਮੂੰਹ ਕਹਿੰਦਾ ਵੀ ਅਸੀਂ ਕਾਂਗਰਸ ਤੋਂ ਇਲਾਵਾ ਕਦੇ ਕਿਸੇ ਹੋਰ ਨੂੰ ਵੋਟ ਨਹੀਂ ਪਾਈ। ਹਜੇ ਵੀ ਤੁਸੀਂ ਜੇ ਉਹਨਾਂ ਨੂੰ ਧੱਕੇ ਨਾਲ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਆ, ਪਰ ਸ਼ਹੀਦਾਂ ਦੀ ਬੇਇੱਜ਼ਤੀ ਨਾ ਕਰੋ, ਜਿਨ੍ਹਾਂ ਨੇ ਵਾਕਈ ਆਪਣੇ ਤਨ ਮਨ ਤੇ ਹੰਢਾਈਆਂ ਨੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ, ਇਹੋ ਜਿਹੇ ਬੰਦਿਆਂ ਨੂੰ ਉਹਨਾਂ ਦੇ ਬਰਾਬਰ ਨਾ ਪਾਓ, ਠੀਕ ਹੈ। ਬਹੁਤ ਫਰਕ ਹੁੰਦਾ ਲੱਖ ਤੇ ਕੱਖ ਚ। ਹੁਣ ਮੈਂ ਤੁਹਾਨੂੰ ਮੂਸੇ ਵਾਲਿਆਂ ਦੀਆਂ ਕੁਛ ਕੁ ਗੱਲਾਂ ਯਾਦ ਕਰਾਉਣੀਆਂ ਚਾਹੁੰਦਾ, ਜਿਹੜੇ ਲੋਕ ਕਹਿੰਦੇ ਨੇ ਉਹ ਪੰਥਕ ਸੋਚ ਦਾ ਮਾਲਕ ਸੀ, ਤੇ ਜਿਹੜੇ ਲੋਕਾਂ ਨੇ ਇੰਨੀਆਂ ਚੀਕਾਂ ਮਾਰੀਆਂ ਵੀ ਮੂਸੇ ਵਾਲਾ ਮਰ ਗਿਆ, ਹੁਣ ਪੰਜਾਬ ਨੂੰ ਤੇ ਕੌਮ ਨੂੰ ਕੋਈ ਸੇਧ ਦੇਣ ਵਾਲਾ ਰਹਿ ਹੀ ਨਹੀਂ ਗਿਆ, ਤੁਹਾਨੂੰ ਮੈਂ ਕੁਛ ਗੱਲਾਂ ਯਾਦ ਕਰਾਉਣਾ ਜਿਹੜੀਆਂ ਤੁਹਾਨੂੰ ਉਹਦੇ ਕਰੈਕਟਰ ਨੂੰ ਦੁਬਾਰੇ ਤੁਹਾਡੇ ਮੂਹਰੇ ਲਿਆਉਣਗੀਆਂ। ਆਪਣੀ ਅੱਜ ਕੱਲ ਨਾ ਰੁਝੇਵੇਂ ਇੰਨੇ ਨੇ, ਆਪਾਂ ਉਲਝੇਵੇਂ ਇੰਨੇ ਆ ਸਾਰੇ ਆਪਦੀਆਂ ਆਪਣੀਆਂ ਜ਼ਿੰਦਗੀਆਂ ਚ ਆਪਾਂ ਗੱਲਾਂ ਭੁੱਲ ਜਾਂਦੇ ਹਾਂ, ਪਰ ਸਾਡੀ ਤਾਂ ਹੁਣ ਜ਼ਿੰਦਗੀ ਆਹੀ ਰਹਿ ਗਈ, ਆਹੀ ਕੁਛ ਚੱਲੀ ਜਾਂਦਾ, ਤਾਂ ਸਾਨੂੰ ਇਹ ਵੀ ਨਹੀਂ ਭੁੱਲ ਰਹੀਆਂ ਇਹ ਚੀਜ਼ਾਂ। ਮੈਂ ਤੁਹਾਨੂੰ ਉਹਦੀਆਂ ਕੁਛ ਕੁ ਉਹਦੀਆਂ ਚੀਜ਼ਾਂ ਯਾਦ ਕਰਾਉਣਾ, ਉਹਦੀਆਂ ਤੁਹਾਨੂੰ ਸ਼ਾਇਦ ਕਰੈਕਟਰ ਦੁਬਾਰੇ ਤੁਹਾਨੂੰ ਰਿਮਾਇੰਡ ਕਰਾਉਣਾ। ਉਹੀ ਸਿੱਧੂ ਮੂਸੇਵਾਲ ਨੂੰ ਤੁਸੀਂ ਪੰਥਕ ਦੱਸ ਰਹੇ ਹੋ ਜਿਹਨੇ ਕਾਂਗਰਸ ਜੁਆਇਨ ਕੀਤੀ, ਕਾਂਗਰਸ ਨੇ ਇਲੈਕਸ਼ਨ ਲੜਿਆ, ਰਾਹੁਲ ਗਾਂਧੀ ਦੇ ਗੋਡੀ ਹੱਥ ਲਾ ਕੇ ਇਲੈਕਸ਼ਨ ਸ਼ੁਰੂ ਕੀਤੇ ਆ। ਉਹਦਾ ਜਿੱਦੇ ਦਫ਼ਤਰ ਦਾ ਉਦਘਾਟਨ ਸੀ, ਬੇਅੰਤ ਸਿੰਘ ਬੁੱਚੜ ਦਾ ਪੋਤਾ ਰਮਨੀਤ ਸਿੰਘ ਬਿੱਟੂ ਲੁਧਿਆਣਿਓ ਚੱਲ ਕੇ ਮਾਨਸੇ ਆਇਆ ਤੇ ਉਹਦੇ ਦਫ਼ਤਰ ਦਾ ਰੀਬਨ ਕੱਟ ਕੇ ਗਿਆ ਸੀ। ਤੁਹਾਨੂੰ ਫੋਟੋਆਂ ਅੱਜ ਵੀ ਸਿੱਧੂ ਦੇ ਪੇਜਾਂ ਤੇ ਮਿਲ ਜਾਣਗੀਆਂ। ਇਹ ਉਹੀ ਸਿੱਧੂ ਆ ਜਿਹਨੇ ਜਿਹੜਾ ਉਮਰਾ ਨੰਗਲ ਨੂੰ ਜਾ ਕੇ, ਉੱਥੇ ਉਮਰਾ ਨੰਗਲ ਪਿੰਡ ਜਾਂਦਾ ਸੀ ਵੀ ਉਮਰਾ ਨੰਗਲ ਸਾਹਿਬ ਅਖਾੜੇ ਤੁਸੀਂ ਬਹੁਤ ਲਵਾਏ ਹੋਣੇ ਆ, ਪਰ ਜਿਹੜਾ ਅਖਾੜਾ ਅੱਜ ਮੈਂ ਤੁਹਾਡੇ ਕਰਕੇ ਲਾਊਂਗਾ ਇਹ ਦੁਨੀਆ ਯਾਦ ਰੱਖੂਗੀ। ਤੇ ਉੱਥੇ ਸ਼ਰਾਬ ਪੀ ਕੇ ਇਹ ਉਮਰਾ ਨੰਗਲ ਨਾਲ ਜੱਫੀਆਂ ਪਾ ਪਾ ਸਟੇਜਾਂ ਤੇ ਨੱਚਦਾ ਸੀ, ਉਹ ਵੀਡੀਓ ਹਜੇ ਤੱਕ ਯੂਟਿਊਬ ਤੇ ਹੈਗੀਆਂ। ਇਹ ਉਮਰਾ ਨੰਗਲ ਪਰਿਵਾਰ ਉਹੀ ਆ ਜਿਹਨੇ 3 ਪੀੜ੍ਹੀਆਂ ਤੋਂ ਸਿੱਖਾਂ ਦਾ ਖੂਨ ਪੀਤਾ। ਇਹਦਾ ਦਾਦਾ ਜੀਵਨ ਸਿੰਘ ਉਮਰਾ ਨੰਗਲ ਜੋ ਭਿੰਡਰਾਂ ਵਾਲੇ ਸੰਤਾਂ ਦੇ ਵੇਲੇ ਮਾਲ ਮੰਤਰੀ ਸੀਗਾ, ਇਹਨੇ ਭਿੰਡਰਾਂ ਵਾਲੇ ਸੰਤਾਂ ਦੀ ਜਿੰਨੀ ਖਿਲਾਫਤ ਕਰ ਸਕਦਾ ਸੀ ਉਨੀ ਖਿਲਾਫਤ ਕੀਤੀ ਹੈ। ਹਮਲੇ ਵੇਲੇ ਇਹਨੇ ਮਦਦ ਕੀਤੀ ਹੈ ਸਰਕਾਰ ਦੀ, ਪੰਥ ਦੇ ਉਲਟ ਚੱਲਿਆ। ਇਹਦਾ ਮੁੰਡਾ ਖਾੜਕੂਵਾਦ ਵੇਲੇ SSP ਸੀਗਾ, ਇਹਨੇ ਹਜ਼ਾਰਾਂ ਲੱਖਾਂ ਐਨਕਾਊਂਟਰ ਕੀਤੇ ਆ, ਪਤਾ ਨੀ ਕਿੰਨੇ ਮੁੰਡੇ ਕੁੜੀਆਂ ਨਾਲ ਧੱਕਾ ਕੀਤਾ ਜਿਹਦਾ ਕੋਈ ਹਿਸਾਬ ਹੀ ਨੀ। ਇਹਨਾਂ ਦੀ ਤੀਜੀ ਜਨਰੇਸ਼ਨ ਪਰਮਰਾਜ ਸਿੰਘ ਮਰਨ ਅੰਗਲ, ਜਿਹੜਾ ਅੱਜ ਕੱਲ ਜਿਹੜਾ ਹੁਣ ਪਿੱਛੇ ਜੇ ਇਹ ਸਸਪੈਂਡ ਹੋਇਆ ਬਹਿਬਲ ਗੋਲੀ ਕਾਂਡ ਦੇ ਦੋਸ਼ੀ ਸੀ, ਜਿਹਦੇ ਨਾਲ ਸਿੱਧੂ ਦੀ ਵੀਡੀਓ ਆ ਸਟੇਜਾਂ ਤੇ ਨੱਚਦਿਆਂ ਦੀ, ਤੁਸੀਂ ਇਹਨਾਂ ਨੂੰ ਸ਼ਹੀਦ ਕਹਿੰਦੇ ਹੋ, ਠੀਕ ਹੈ। ਫੇਰ ਤੁਹਾਨੂੰ ਗੱਲ ਯਾਦ ਕਰਾ ਦਾ, ਇਹਨੂੰ ਤੁਸੀਂ ਸ਼ਹੀਦ ਕਿਵੇਂ ਕਹਿ ਸਕਦੇ ਹੋ, ਇਹ 29 ਮਈ 2022 ਨੂੰ ਮਰਿਆ, ਠੀਕ ਹੈ। ਇਹਨੇ ਸ਼ੋਅ ਅਨਾਊਂਸ ਕੀਤਾ ਹੋਇਆ ਸੀ 5 ਜੂਨ ਦਾ, ਆਪਦੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਨੂੰ ਸ਼ੋਅ ਸੀਗਾ ਦਿੱਲੀ ਚ, ਠੀਕ ਹੈ। 5 ਜੂਨ ਨੂੰ ਕੀ ਹੁੰਦਾ ਯਾਦ ਹੈ, ਘੱਲੂਘਾਰਾ,
ਓਪਰੇਸ਼ਨ ਬਲੂ ਸਟਾਰ ਦੀ ਬਰਸੀ ਹੁੰਦੀ ਆ ਉਦੋਂ ਪਿੰਡਰਾਂ ਨੇ ਸੰਤ ਪੂਰੇ ਹੋਏ 6-7 ਹਜ਼ਾਰ ਨਿਹੱਥੇ ਨਿਰਦੋਸ਼ ਮੁੰਡੇ ਕੁੜੀਆਂ ਬੱਚਿਆਂ ਨੂੰ ਨਿਹੱਥਿਆਂ ਨੂੰ ਮਾਰਿਆ ਗਿਆ। ਉਸ ਦਿਨ ਆਪਣੇ ਕਿਸੇ ਜਵਾਕ ਦਾ ਕੋਈ ਜਨਮ ਦਿਨ ਵੀ ਹੋਵੇ ਨਾ ਤੇ ਕਹਿਣ ਦਿਆ ਬਈ ਅਗਲੇ ਹਫ਼ਤੇ ਮਨਾਵਾਂਗੇ ਯਾਰ, ਆਹ ਹਫ਼ਤੇ ਨਾ ਖਾਂਦੇ ਪੀਂਦੇ ਜਾਂ ਵਧੀਆ ਨੀ ਲੱਗਦੇ ਜਾਂ ਕੋਈ ਨਾਚ ਗਾਣਾ ਕਰਦੇ, ਬਹੁਤ ਭਾਰੀ ਦਿਨ ਨੇ ਕੌਮ ਤੇ। ਇਸ ਬੰਦੇ ਨੇ 5 ਜੂਨ ਦਾ ਸ਼ੋਅ ਅਨਾਊਂਸ ਕੀਤਾ ਹੋਇਆ ਸੀ। ਇਹਦਾ ਸ਼ੋਅ ਨੀ ਸੀ, ਕੰਸਰਟ ਸੀ, ਬਹੁਤ ਵੱਡਾ, ਬਹੁਤ ਵੱਡੇ ਲੈਵਲ ਦਾ। ਹਜ਼ਾਰਾਂ ਚ ਉਹਦੀਆਂ ਟਿਕਟਾਂ ਸੀ ਜੋ ਸੋਲਡ ਆਊਟ ਸੀਗੀਆਂ ਆਲਰੇਡੀ। 29 ਤਰੀਕ ਨੂੰ ਮਰਿਆ, ਉਦੋਂ ਤੱਕ ਉਹ ਫੁੱਲ ਸੋਲਡ ਆਊਟ ਸ਼ੋਅ ਸੀ। ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਹੋਈ ਸੀਗੀ ਲਾਸਟ ਵੀ ਸ਼ੋਅ ਸੋਲਡ ਆਊਟ ਆ। ਬੰਦਾ ਹੋਵੇ ਕਾਂਗਰਸ ਨੇ ਇਲੈਕਸ਼ਨ ਲੜਿਆ ਹੋਵੇ ਕੁਛ ਟਾਈਮ ਪਹਿਲਾਂ, ਉਹ 5 ਜੂਨ ਨੂੰ ਦਿੱਲੀ ਜਾ ਕੇ ਸ਼ੋਅ ਲਾਵੇ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਬਹੁਤੇ ਵਿੱਚੋਂ ਜਿਹੜੇ ਸਿੱਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣ, ਠੀਕ ਹੈ। ਇਦੂ ਵੱਡੀ ਕੌਮ ਵਾਸਤੇ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਹੋ ਸਕਦੀ ਸੀ। ਇਹ ਇਹ ਸਟ੍ਰੈਟਜੀਜ਼ ਹੁੰਦੀਆਂ ਨੇ ਤਾਂ ਕਿ ਕੌਮਾਂ ਦੇ ਮਨਾਂ ਚੋਂ ਇਹ ਚੀਜ਼ਾਂ ਫਿੱਕੀਆਂ ਪਾਈਆਂ ਜਾਣ। ਜਿਹੜੀਆਂ ਜਿਹੜੇ ਦਿਨਾਂ ਚ ਦੀਵਾਨ ਲੱਗਣੇ ਚਾਹੀਦੇ, ਕੀਰਤਨ ਲੱਗਣੇ ਚਾਹੀਦੇ ਆ, ਜਾਗਰੂਕਤਾ ਆਉਣੀ ਚਾਹੀਦੀ ਆ, ਦੁਬਾਰੇ ਯਾਦ ਕਰਾਉਣਾ ਚਾਹੀਦਾ ਵੀ ਸਾਡੇ ਨਾਲ ਇਹਨਾਂ ਦਿਨਾਂ ਚ ਕੀ ਹੋਇਆ ਸੀ, ਭਿੰਡਰਾਂ ਵਾਲੇ ਸੰਤਾਂ ਨਾਲ ਕੀ ਹੋਇਆ ਸੀ, ਅਕਾਲ ਤਖ਼ਤ ਨਾਲ ਕੀ ਹੋਇਆ ਸੀ। ਉਹਨਾਂ ਦਿਨਾਂ ਵਿੱਚ ਇਹਨੇ ਸ਼ੋਅ ਲਾਉਣਾ ਸੀ 5 ਜੂਨ ਨੂੰ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਨੇ ਸ਼ਰਾਬ ਪੀ ਕੇ ਨੱਚਣਾ ਸੀ ਤੇ ਇਹਨਾਂ ਚੀਜ਼ਾਂ ਨਾਲ ਹੀ ਦਿਮਾਗ ਚੋਂ ਗੱਲਾਂ ਕੱਢੀਆਂ ਜਾਂਦੀਆਂ ਨੇ ਟਾਈਮ ਟੂ ਟਾਈਮ ਪਾ ਕੇ। ਤੁਹਾਨੂੰ ਲੱਗਦਾ ਵੀ ਇਹ ਕੋਇਨਸੀਡੈਂਸ ਸੀ? ਤੁਹਾਨੂੰ ਲੱਗਦਾ ਕਾਂਗਰਸ ਦੀ ਇਹ ਚ ਕੋਈ ਹੈ ਨੀ ਸੀ ਸਟ੍ਰੈਟਜੀ ਵੀ 5 ਜੂਨ ਨੇ ਸ਼ੋਅ ਕਿਉਂ ਲਵਾਉਣਾ? ਸਾਰਾ ਸਾਲ ਪਿਆ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਸੀ ਉਹ ਚੀਜ਼ ਦਾ। ਇਹ ਨੀ ਕੋਈ ਵੀ ਇਹਨੇ ਅਣਜਾਣੇ ਚ ਸ਼ੋਅ ਅਨਾਊਂਸ ਕਰਤਾ ਤੇ ਇਹਨੂੰ ਪਤਾ ਨੀ ਸੀ। ਜਦੋਂ ਇਹਨੇ ਡੇਟ ਅਨਾਊਂਸ ਕੀਤੀ ਉਦੋਂ ਬਾਅਦ ਚ ਬਹੁਤ ਇਹਦਾ ਸੋਸ਼ਲ ਮੀਡੀਆ ਤੇ ਵਿਰੋਧ ਹੋਇਆ ਉਹਨਾਂ ਦਿਨਾਂ ਚ ਕਿ ਭਾਈ ਇਹਨਾਂ ਦਿਨਾਂ ਚ ਸ਼ੋਅ ਨਾ ਲਾ, ਤੂੰ ਇਹ ਤੂੰ ਗਲਤ ਕਰ ਰਿਹਾ। ਇਹਨੇ ਬਾਅਦ ਚ ਲਾਈਵ ਹੋ ਕੇ ਜਵਾਬ ਦਿੱਤਾ ਸੀ ਵੀ ਸਾਡਾ ਤਾਂ ਇਹ ਕਿੱਤਾ ਹੈ, ਅਸੀਂ ਕੀ ਕਰੀਏ, ਅਸੀਂ ਰੋਟੀ ਨੀ ਖਾਣੀ, ਭੁੱਖੇ ਮਰ ਜਾਈਏ, ਠੀਕ ਹੈ। ਫਿਰ ਤੁਸੀਂ ਕਹਿੰਦੇ ਹੋ ਇਹਨੇ ਪੰਥਕ ਗਾਣੇ ਗਾਏ, ਠੀਕ ਹੈ, ਪੰਥਕ ਸੋਚ ਵਾਲਾ ਸੀ ਇਹ, ਇਹਨੇ ਸ਼ਹੀਦਾਂ ਦੇ ਨਾਮ ਲਏ ਗਾਣਿਆਂ ਚ, ਠੀਕ ਹੈ। ਕਦੋਂ ਲਏ ਬਈ? SYL ਚ ਲਿਆ। SYL ਕਦੋਂ ਆਇਆ ਗਾਣਾ? ਜਦੋਂ ਸਿੱਧੂ ਮਰ ਗਿਆ ਉਦੋਂ ਬਾਅਦ ਚ। ਮੈਂ ਇਹ ਵੀ ਕਹਿ ਦਿੰਦਾ SYL ਨੇ ਗਾਇਆ ਵੀ ਨੀ ਹੋਣਾ, ਗਾਣੇ ਵੀ ਉਹ ਸਾਰੇ ਅੱਜ ਕੱਲ ਜੋ ਟੈਕਨੋਲੋਜੀ ਚੱਲ ਰਹੀ ਹੈ, ਜੋ ਲੋਕ ਇਸ ਲਾਈਨ ਨਾਲ ਜੁੜੇ ਹੋਏ ਨੇ ਸਿੰਗਿੰਗ ਲਾਈਨ, ਉਹਨਾਂ ਨੂੰ ਪਤਾ ਵੀ ਅੱਜ ਕੱਲ ਕੋਈ ਵੀ ਆਵਾਜ਼ ਦਾ ਗਾਣਾ ਕੁਛ ਘੰਟੇ ਦੇ ਵਿੱਚ ਤਿਆਰ ਹੋ ਜਾਂਦਾ, ਚਾਹੇ ਉਹ ਬੰਦਾ ਆਪ ਗਾਵੇ ਚਾਹੇ ਨਾ ਗਾਵੇ। ਅੱਜ ਕੱਲ ਸੋਫਟਵੇਅਰ ਏਦਾਂ ਦੇ ਨੇ ਵੀ ਕਿਸੇ ਦੀ ਵੀ ਆਵਾਜ਼ ਤੁਸੀਂ ਕੋਈ ਵੀ ਚੀਜ਼ ਗਵਾ ਸਕਦੇ ਹੋ, ਠੀਕ ਹੈ। SYL ਦੇ ਮਰਨ ਤੋਂ ਬਾਅਦ ਚ ਆਇਆ ਨਾਲੇ SYL ਗਾਣੇ ਦਾ ਕੀ ਮਤਲਬ ਬਈ? ਜਿਨ੍ਹਾਂ ਨੇ ਜਿਹੜੇ ਪਰਿਵਾਰ ਨੇ, ਗਾਂਧੀ ਪਰਿਵਾਰ ਨੇ ਜਿਨ੍ਹਾਂ ਨੇ ਉਹ ਨਹਿਰ ਕੱਢੀ ਸੀ, ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਇਹ ਰੱਫੜ, ਉਹਨਾਂ ਦੇ ਪਰਿਵਾਰਾਂ ਦਾ ਜਾ ਕੇ ਇਹ ਗੋਡੀ ਹੱਥ ਲਈ ਜਾਂਦਾ ਸੀ। ਪਿੰਡਰਾਣੇ ਸੰਤਾਂ ਦੀ ਆਪਾਂ ਕਹਿੰਦੇ ਹਾਂ ਇਹਦੇ ਹੱਥ ਤੇ ਟੈਟੂ ਬਣਿਆ ਸੀ, ਕਿੱਥੇ ਫੋਟੋ ਵੇਖ ਲਈ ਤੁਸੀਂ ਪਿੰਡਰਾਣੇ ਸੰਤਾਂ ਦੀ ਟੈਟੂ ਬਣੇ ਦੇ ਇਹਦੇ ਹੱਥ ਚ? ਸਭ ਅਫਵਾਹਾਂ ਨੇ ਇਹ, ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ, ਲੋਕਾਂ ਤੋਂ ਸਿੰਪਥੀ ਲੈਣ ਵਾਸਤੇ ਇਹ ਚੀਜ਼ਾਂ ਘੜੀਆਂ ਨੇ। ਇਹ ਨੈਰੇਟਿਵ ਬਣਾ ਤਾ ਵੀ ਉਹ ਤਾਂ ਬੜਾ ਬਈ ਪੰਥਕ ਸੋਚ ਦਾ ਮਾਲਕ ਸੀ ਜਾਂ ਕੁਛ। ਜਦੋਂ ਮਾਨਸੇ ਕਿਸਾਨ ਧਰਨਾ ਲੱਗਿਆ ਸੀ ਉੱਥੇ, ਮਾਨਸੇ ਵਾਲੇ ਕਿਸਾਨ ਆਗੂਆਂ ਨੇ ਇਹਨੂੰ ਉੱਥੇ ਬਹਿ ਨਹੀਂ ਦਿੱਤਾ, ਇਹ ਉੱਥੇ ਜਾ ਕੇ ਬਹਿ ਗਿਆ ਆਪਦੇ ਦੋਸਤਾਂ ਨਾਲ ਤੇ ਇਹਨੂੰ ਕਹਿੰਦੇ ਤੂੰ ਇੱਥੇ ਕੀ ਆਇਆ ਖੜਾ? ਉਹ ਕਹਿੰਦਾ ਤੂੰ ਚੱਲ ਘਰੇ, ਤੂੰ ਤਾਂ ਕਾਂਗਰਸ ਚ ਹੈ, ਤੂੰ ਇੱਥੇ ਕੀ ਕਰਨਾ ਆ? ਇਹਨੇ ਉੱਥੋਂ ਆ ਕੇ ਬਾਅਦ ਚ ਆ ਕੇ ਬੋਲਿਆ ਵੀ ਆ ਵੀ ਮੇਰੀ ਬੇਇੱਜ਼ਤੀ ਕਰਕੇ ਉੱਥੋਂ ਤੁਸੀਂ ਮੈਨੂੰ ਭਜਾ ਤਾ ਏਦਾਂ ਜੋਦਾਂ, ਠੀਕ ਹੈ। ਰਾਹੁਲ ਗਾਂਧੀ ਦੇ ਨਾਲ ਹੈਲੀਕਾਪਟਰ ਚ ਇਹ ਘੁੰਮਦਾ ਸੀ, ਠੀਕ ਹੈ। ਗਾਂਧੀ ਪਰਿਵਾਰ ਦੀ ਸੋਚ ਨੂੰ ਸਟਰੋਂਗ ਕਰਨ ਤੇ ਇਹਦਾ ਬੰਦੇ ਦਾ ਜ਼ੋਰ ਲੱਗਿਆ ਹੋਇਆ ਸੀ। ਉਮਰ ਅਨੰਗਨ ਨਾਲ ਇਹਦੀ ਯਾਰੀ, ਰਮਨੀਤ ਬਿੱਟੂ ਨਾਲ ਇਹਦੀ ਯਾਰੀ, ਠੀਕ ਹੈ, ਗਾਂਧੀ ਨਾਲ ਇਹਦੀ ਯਾਰੀ। ਗਾਣੇ ਤੁਹਾਨੂੰ ਮੈਂ ਦੱਸ ਦਿਆ ਹੈ SYL। ਦੂਜਿਆਂ ਨੇ ਗਾਣਾ ਕੱਢਿਆ 295 ਇਹ ਕੱਢਿਆ ਸੀ, ਉਹ ਗਾਣਾ ਕਦੋਂ ਕੱਢਿਆ ਤੁਹਾਨੂੰ ਯਾਦ ਹੈ? ਜਦੋਂ ਇਹਨੇ ਸ਼ਹੀਦ ਮਾਈ ਭਾਗੋ ਦੀ ਤੁਲਨਾ ਇੱਕ ਮਾਡਲ ਨਾਲ ਕੀਤੀ ਸੀ ਤੇ ਉਹ ਮਾਡਲ ਦੇ ਜਿਹੜੇ ਕੱਪੜੇ ਗਾਣਿਆਂ ਚ ਪਏ ਸੀ ਉਸ ਗਾਣੇ ਚ ਪਏ ਸੀ, ਤੁਸੀਂ ਉਹ ਵੀ ਦੇਖ ਲਿਓ, ਜਾਂ ਇੱਕ ਰਾਈਫਲ ਨਾਲ ਕੰਪੇਅਰ ਕੀਤੀ ਸੀ।
ਸ਼ਹੀਦ ਮਾਈ ਭਾਗੋ, ਜਿਨ੍ਹਾਂ ਦਾ ਨਾਮ ਵੀ ਅਦਬ ਨਾ ਲੈਣਾ ਚਾਹੀਦਾ, ਜਿਨ੍ਹਾਂ ਦੀਆਂ ਮਿਸਾਲਾਂ ਦਿੱਤੀਆਂ ਹੋਈਆਂ ਅੱਜ ਤੱਕ ਆਪਣੀਆਂ ਧੀਆਂ ਭੈਣਾਂ ਨੂੰ ਸਿੱਧੇ ਰਾਹਾਂ ਤੇ ਤੁਰਨ ਤੇ ਸੇਧ ਦਿੰਦੀਆਂ ਨੇ, ਇਹਨੇ ਉਹਦੀ ਕੰਪੇਅਰ ਮਾਈ ਭਾਗੋ ਦੀ ਕਿਹਦੇ ਨਾਲ ਕੀਤੀ ਸੀ ਉਹ ਤੁਸੀਂ ਆਪ ਦੇਖ ਲਿਓ। ਜਦੋਂ ਲੋਕ ਇਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਬੈਠੇ, ਉਦੋਂ ਬਾਅਦ ਚ ਇਹਨੇ ਉਹ ਗਾਣਾ ਕੱਢਿਆ ਸੀ ਵੀ ਹਾਂ ਤੁਸੀਂ ਕੌਣ ਹੁੰਦੇ ਹੋ ਸਾਨੂੰ ਦੱਸਣ ਵਾਲਾ, ਵੀ ਅਸੀਂ ਆਪਦਾ ਧਰਮ ਕਿਵੇਂ ਫੋਲੋ ਕਰਨਾ। ਇੱਕ ਮੈਂ ਹੋਰ ਗੱਲ ਐਡ ਕਰ ਦਵਾਂ ਕਿ ਹਰ ਕਿਸੇ ਬੰਦੇ ਨੇ ਵੈਸੇ ਤਾਂ ਆਪਦੇ ਦਿਮਾਗ ਦੇ ਹਿਸਾਬ ਨਾਲ ਸੋਚਣਾ ਹੁੰਦਾ, ਉਹਨੇ ਹਰੇਕ ਨੇ ਆਪਦੇ ਐਂਗਲ ਨਾਲ ਦੇਖਣਾ। ਚਲੋ ਹਰੇਕ ਦਾ ਐਂਗਲ ਕਿਸੇ ਦਾ ਦੇਖਣ ਨੂੰ 6 ਲੱਗਦਾ, ਕਿਸੇ ਨੂੰ 9 ਲੱਗਦਾ, ਦੋਵੇਂ ਆਪਦੀ ਥਾਂ ਸਹੀ ਹੁੰਦੇ ਆ। ਪਰ ਸਿੱਧੂ ਦਾ ਮਰਨ ਦਾ ਕਾਰਨ ਕੋਈ ਪੋਲੀਟੀਕਲ ਨਹੀਂ ਸੀ। ਆ ਚਲੋ ਜੋ ਆਪਾਂ ਗੱਲਾਂ ਕੀਤੀਆਂ, ਇਹ ਅੱਜ ਦੇ ਸਮੇਂ ਚ ਜੋ ਗੱਲਾਂ ਹੋ ਰਹੀਆਂ, ਜੋ ਇਲੈਕਸ਼ਨਾਂ ਦੇ ਸਮੇਂ ਦੇ ਦੌਰਾਨ ਜੋ ਮਾਹੌਲ ਸੀ, ਮੈਂ ਉਹ ਹਿਸਾਬ ਨਾਲ ਇਹ ਗੱਲਾਂ ਕਰਨੀਆਂ ਚਾਹੁੰਦਾ ਸੀ। ਪਰ ਸਿੱਧੂ ਦੇ ਮਰਨ ਦਾ ਰੀਜ਼ਨ ਕੋਈ ਪੋਲੀਟੀਕਲ ਰੀਜ਼ਨ ਨਹੀਂ ਸੀਗਾ, ਠੀਕ ਹੈ। ਏਡੀ ਕੋਈ ਇਹ ਤੋਫ ਨਹੀਂ ਸੀਗੀ ਵੀ ਸੈਂਟਰ ਗੌਰਮੈਂਟ ਨੂੰ ਇਹਦੀ ਫਿਕਰ ਪੈ ਗਈ ਸੀਗੀ ਵੀ ਸਿੱਧੂ ਬਹੁਤ ਜਾਗਰੂਕ ਸੋਚ ਵਾਲਾ ਆ ਗਿਆ ਜਾਂ ਏਦਾਂ ਜੁਦਾ। ਇਹੋ ਜਿਹੇ ਲੋਕ ਤਾਂ ਉਹਨਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਪਾਵਰ ਲਈ ਜਾਂ ਪੈਸੇ ਲਈ ਜਿੱਧਰ ਨੂੰ ਮਰਜ਼ੀ ਤੁਰ ਪੈਣ, ਉਹਨਾਂ ਨੂੰ ਏਡਾ ਕੋਈ ਫਰਕ ਨਹੀਂ। ਜਿਹੜਾ ਗਾਂਧੀ ਨਾਲ ਤੁਰ ਸਕਦਾ ਨਾ, ਉਹਨੂੰ ਬੀਜੇਪੀ ਨਾਲ ਤੁਰਨ ਨੂੰ ਏਡਾ ਕੋਈ ਚੱਕਰ ਹੈ ਨੀਗਾ। ਤੁਰ ਉਹਦੇ ਨਾਲ ਵੀ ਤੁਰੀ ਸਕਦਾ ਉਹ, ਠੀਕ ਹੈ ਨਾ। ਉਹ ਬੀਜੇਪੀ ਨੇ ਤਾਂ ਕਾਂਗਰਸ ਦੇ ਮੁਕਾਬਲੇ ਆਪਣਾ ਕੁਛ ਵੀ ਨੁਕਸਾਨ ਨਹੀਂ ਕੀਤਾ, ਕਾਂਗਰਸ ਨੇ ਨੁਕਸਾਨ ਕੀਤਾ ਜੋ ਵੀ ਪੰਜਾਬ ਦਾ, ਹਮੇਸ਼ਾ ਜੋ ਵੀ ਕੀਤਾ। ਜੇ ਉਹਦੇ ਨਾਲ ਤੁਰ ਸਕਦਾ ਫਿਰ ਇਹਨੂੰ ਹੋਰ ਕਿਸੇ ਪਾਰਟੀ ਨਾਲ ਤਾਂ ਕੋਈ ਫਰਕ ਹੀ ਨੀ ਪੈਂਦਾ ਨਾ, ਠੀਕ ਹੈ। ਇਹਦਾ ਕਾਰਨ ਪਰਸਨਲ ਸੀਗਾ। ਜੇ ਕੋਈ ਕਹੂਗਾ, ਕੋਈ ਸੋਚਦਾ ਹੋਊਗਾ ਵੀ ਗੋਲਡੀ ਦਾ ਉਹਦੇ ਨਾਲ ਕੀ ਲੱਲਾ ਕੱਖਾ ਸੀ, ਵੀ ਉਹਦਾ ਉਹ ਕਿੱਡਾ ਸਰਕਲ ਸੀ, ਜਾਂ ਗੋਲਡੀ ਕੀ ਜਾਣਦਾ ਸੀ ਉਹਦੇ ਸਰਕਲ ਬਾਰੇ, ਸਿੱਧੂ ਮੂਸੇਵਾਲਾ ਵੀ ਉਹਨਾਂ ਬੰਦਿਆਂ ਚ ਉੱਠਦਾ ਪੈਂਦਾ ਸੀ ਜਿਹੜੇ ਬੰਦਿਆਂ ਚ ਯੂਨੀਵਰਸਿਟੀ ਟਾਈਮ ਦੇ ਦੌਰਾਨ ਅਸੀਂ ਉੱਠਦੇ ਪੈਂਦੇ ਰਹੇ ਹਾਂ। ਮੈਂ ਤੇ ਲੋਰੈਂਸ ਬਾਈ ਅਸੀਂ ਸਟੂਡੈਂਟ ਪੋਲਿਟਿਕਸ ਚ ਐਕਟਿਵ ਰਹੇ ਹਾਂ। ਬਾਬਾ ਸੰਧੂ ਹੁੰਦਾ ਸੀਗਾ ਜਿਹਨੇ ਸਿੱਧੂ ਨੂੰ ਕਾਂਗਰਸ ਜੁਆਇਨ ਕਰਾਈ ਸੀਗੀ, ਉਹ ਸਾਨੂੰ ਵੀ ਮਿਲਦਾ ਗਿਲਦਾ ਰਿਹਾ, ਸਾਨੂੰ ਵੀ ਕਿਤੇ ਲੈ ਜਾਂਦਾ ਸੀ ਉਹ ਵੀ ਯਾਰਾਂ ਦੋਸਤਾਂ ਨੂੰ ਵੀ ਆਜੋ ਯਾਰ ਫਲਾਨੀ ਥਾਂ ਚੱਲੀਏ, ਆਜੋ ਧਿਓਂਕੀ ਥਾਂ ਚੱਲੀਏ। ਉਹਨੇ ਸਾਨੂੰ ਵੀ ਕੋਸ਼ਿਸ਼ ਕੀਤੀ ਵੀ ਹਾਂ ਇਹਨਾਂ ਨੂੰ ਵੀ ਕਾਂਗਰਸ ਨਹੀਂ ਮਤਲਬ ਵੀ ਕਰੀਏ, ਪਰ ਆਪਣਾ ਉੱਧਰ ਇੰਟਰਸਟ ਹੀ ਨਹੀਂ ਸੀ, ਨਾ ਕਦੇ ਬਣਿਆ, ਆਪਾਂ ਉਹਨਾਂ ਨਾਲ ਕਦੇ ਤੋਰੇ ਨੀ ਸਕਦੇ ਸੀ। ਫਿਰ ਆਪਣਾ ਉੱਧਰ ਚੀਜ਼ ਚ ਇੰਟਰਸਟ ਨਹੀਂ ਦਿਆ, ਆਪਾਂ ਆਪਦਾ ਚਲੋ ਜੀ ਕੰਮ ਕਾਰ ਕਰਨ ਨੂੰ ਆਪਦਾ ਆਪਾਂ ਚੱਕ ਕੇ ਬਾਹਰ ਆ ਗਏ। ਪਰ ਗੱਲਾਂ ਇੱਕ ਸਰਕਲ ਸਾਡੇ ਰਲਦੇ ਸੀ, ਮੇਰੇ ਕਹਿਣ ਦਾ ਮਤਲਬ ਆ ਕਰਲਾਲ ਨੇ ਮੇਰੇ ਬ੍ਰਦਰ ਨੇ ਕੋਈ ਏਦਾਂ ਦੀ ਗੱਲ ਕਰਤੀ ਸੀ, ਕੋਈ ਏਦਾਂ ਦੀ ਕੋਈ ਗੱਲ ਕਿਸੇ ਸਰਕਲ ਚ ਬੈਠੇ ਕਰਤੀ ਸੀ ਕਿਸੇ ਆਰਟਿਸਟ ਕੋਲੇ, ਜਿਹੜੀ ਉਹ ਘੁੰਮ ਘੁਮਾ ਕੇ ਸਿੱਧੂ ਕੋਲੇ ਜਾ ਵੜੀ, ਤੇ ਸਿੱਧੂ ਨੇ ਸਾਡੇ ਐਂਟੀ ਨਾਲ ਰਲ ਕੇ ਕੋਈ ਆਪਦੀ ਤਿਕੜਮ ਲਾ ਕੇ ਇਹਨਾਂ ਨੇ ਵੀ ਆਪਦੇ ਹੰਕਾਰ ਚ ਇਹ ਚੀਜ਼ ਸੋਚੀ ਵੀ ਹਾਂ ਇਹਦਾ ਨੁਕਸਾਨ ਕਰਾ ਦਈਏ। ਕੋਈ ਹੋਰ ਵੀ ਰੀਜ਼ਨ ਸੀ ਕਿ ਕੱਲਾ ਇਹੀ ਰੀਜ਼ਨ ਨਹੀਂ ਸੀ, ਪਰ ਇਹ ਵੀ ਰੀਜ਼ਨ ਸੀਗਾ। ਇਹ ਮੈਂ ਤਾਂ ਕਹਿਣਾ ਚਾਹੁੰਦਾ ਵੀ ਬਹੁਤ ਬੰਦੇ ਇਹ ਕਹਿ ਦਿੰਦੇ ਆ ਵੀ ਇਹ ਉਹਦੇ ਨਾਲ ਇਹਦਾ ਕੀ ਲੈਣ ਦੇਣ ਸੀ ਜਾਂ ਕੁਛ, ਉਹੀ ਬੰਦੇ ਜਿਹਨਾਂ ਨੂੰ ਸਿੱਧੂ ਆਪਦੇ ਆਲ ਦਾ ਟਾਈਮ ਨਾਲ ਰੱਖਦਾ ਸੀ, ਉਹ ਕਿਸੇ ਟਾਈਮ ਸਾਡੇ ਜਾਣ ਕਰ ਰਹੇ ਆ, ਠੀਕ ਹੈ। ਤੁਸੀਂ ਸਾਡੀਆਂ ਸੀਗੀਆਂ ਕੋਈ ਆਪਸ ਚ ਕੋਈ ਚੀਜ਼ਾਂ ਮਾੜੀਆਂ ਮੋਟੀਆਂ, ਚਾਹੁੰਦੇ ਨਾ ਚਾਹੁੰਦੇ ਇੰਟਰੈਕਟ ਡਾਇਰੈਕਟ ਰਲਦੀਆਂ, ਠੀਕ ਹੈ। ਕੋਈ ਗੱਲਾਂ ਇੱਧਰ ਤੋਂ ਉੱਧਰ ਟਰੈਵਲ ਹੋਈਆਂ ਨੇ, ਇਹ ਰੀਜ਼ਨ ਸੀਗਾ, ਹੋਰ ਕੋਈ ਰੀਜ਼ਨ ਨਹੀਂ ਸੀਗਾ। ਬਾਕੀ ਜੋ ਇਹ ਯੂਥ ਦਾ ਸਮਾਂ ਤੇ ਐਨਰਜੀ ਹੈ, ਕਿਸੇ ਵਧੀਆ ਗੱਲਾਂ ਲਾਉਣੀ ਚਾਹੀਦੀ ਹੈ। ਮੈਂ ਤਾਂ ਇਹੀ ਮੈਸੇਜ ਦਿੰਦਾ, ਜੇ ਕਿਸੇ ਦੇ ਇੱਕ ਬੰਦੇ ਦੇ ਵੀ ਸਮਝ ਆਜੂਗੀ ਤਾਂ ਮੈਂ ਸੋਚੂਗਾ ਵੀ ਵਰਥ ਇਟ ਹੈ ਮੇਰੀ ਇਹ ਆਡੀਓ ਪਾਉਣਾ, ਠੀਕ ਹੈ। ਇਹ ਬਲਕੌਰ ਸਿੰਘ ਕਰਕੇ ਜਿਹੜੇ ਯਾਰ ਰਾਹੁਲ ਗਾਂਧੀ ਨੂੰ ਜਾ ਕੇ ਇਹ ਗੱਲ ਕਹਿ ਸਕਦੇ ਵੀ ਆਪਣੀ ਤਾਂ ਜੀ ਸੇਮ ਸਿਚੁਏਸ਼ਨ ਹੈ, ਉਸੇ ਟ੍ਰੈਜਡੀ ਚ ਤੁਸੀਂ ਲੰਘੇ ਹੋ, ਉਸੇ ਚੋਂ ਮੈਂ ਲੰਘਿਆ ਹਾਂ, ਵੀ ਤੁਸੀਂ ਵੀ ਸ਼ਹੀਦ ਪਰਿਵਾਰ ਤੋਂ ਹਾਂ, ਮੈਂ ਵੀ, ਤੁਸੀਂ ਮੇਰੀ ਗੱਲ ਸਮਝ ਸਕਦੇ ਹੋ। ਇਹਨਾਂ ਪਿੱਛੇ ਸਮਾਂ ਨਾ ਖਰਾਬ ਕਰੋ।